ਫਰਜ਼ੀ ਦਾਖਲਾ ਪੱਤਰਾਂ ਕਾਰਨ ਰਿਪੋਰਟ ਹੋਣ ਕੰਡੇ ਪੁਜੇ ਵਿਦਿਆਰਥੀਆਂ ਵਿੱਚੋਂ 63 ਜਣੇ ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਨੂੰ ਅਸਲ ਪੀੜਤ ਮਹਿਸੂਸ ਹੋ ਰਹੇ ਨੇ ਟੋਰਾਂਟੋ 스타 ਦੀ ਰਿਪੋਰਟ ਦੇ ਮੁਤਾਬਕ ਹੁਣ ਤੱਕ ਕੀਤੀ ਗਈ 103 ਮਾਮਲਿਆਂ ਦੀ ਸਮੀਖਿਆ ਮਗਰੋਂ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਡੂੰਘਾਈ ਨਾਲ ਮਾਮਲਿਆਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਹ ਠੱਗੀ ਦਾ ਸ਼ਿਕਾਰ ਬਣੇ ਅਤੇ ਉਨ੍ਹਾਂ ਨੇ ਕੋਈ ਸਾਜ਼ਿਸ਼ ਨਹੀਂ ਕੜੀ ਇਹ ਪ੍ਰਗਟਾਵਾ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਪਾਰਲੀਮੈਂਟਿਕ ਕਮੇਟੀ ਕੋਲ ਇਸ ਹਫਤੇ ਕੀਤਾ ਗਿਆ ਜਿਸ ਤਰ੍ਹਾਂ ਸੰਬੰਧਤ ਅਫਸਰਾਂ ਨੇ ਦੱਸਿਆ ਕਿ ਕੁੱਲ 285 ਮਾਮਲਿਆਂ ਦੀ ਪੜਤਾਲ ਕੀਤੀ ਜਾਣੀ ਹੈ ਅਤੇ 103 ਵਿੱਚੋਂ 63 ਜਣੇ ਸ਼ੱਕ ਦੇ ਘੇਰੇ ਵਿੱਚੋਂ ਬਾਹਰ ਹੋ ਗਏ। ਇੱਥੇ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਨਾਲ ਸੰਬੰਧਤ ਕਈ ਵਿਦਿਆਰਥੀਆਂ ਨੂੰ ਪਹਿਲਾਂ ਹੀ ਰਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ ਮਿਸੀ ਸਾਗਾ ਵਿਖੇ ਧਰਨਾ ਲਾਉਣ ਮਗਰੋਂ ਬਾਕੀਆਂ ਨੂੰ ਰਿਪੋਰਟ ਕਰਨ ਤੇ ਅਰਜ਼ੀ ਰੋਕ ਲਾ ਦਿੱਤੀ ਗਈ। ਇਸ ਮਾਮਲੇ ਦੇ ਮੁੱਖ ਮੁੱਲਦਮ ਬ੍ਰਿਜੇਸ਼ ਮਿਸ਼ਰਾ ਨੂੰ ਜਲੰਧਰ ਤੋਂ ਫਰਾਰ ਹੋਣ ਮਗਰੋਂ ਕੈਨੇਡਾ ਦੇ BC ਸੂਬੇ ਵਿੱਚ ਕਾਬੂ ਕੀਤਾ ਗਿਆ ਪ੍ਰਿਜੇਸ਼ ਮਿਸ਼ਰਾ ਦੇ ਠੱਗੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਰਕਾਰ ਹੁਣ ਕੀ ਹੋਏਗਾ ਪਰ ਤਾਜ਼ਾ ਰਿਪੋਰਟ ਨਵੀਆਂ ਉਮੀਦਾਂ ਲੈ ਕੇ ਆਈ ਹੈ